ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 0787619625 ਤੁਹਾਡੇ ਕੋਲੇ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕੋਈ ਟਰੈਕਟਰ ਹਲ ਤਵੀਆਂ ਸੁਹਾਗਾ ਕੋਈ ਕੰਬਾਈਨ ਵਗੈਰਾ ਜਾਂ ਕੋਈ ਰੀਪਰ ਵਗੈਰਾ ਰੋਟਾਵੇਟਰ ਵਗੈਰਾ ਜਾਂ ਕੋਈ ਵੀ ਮੰਨ ਲਓ ਕਿਸੇ ਪ੍ਰਕਾਰ ਦਾ ਕੋਈ ਖੇਤੀਬਾੜੀ ਵਾਲਾ ਸੰਦ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ ਤੇ ਲਵਾਉਣਾ ਚਾਹੁੰਦੇ ਹੋ ਉਸ ਦੀਆਂ 5 ਤੋਂ 6 ਫੋਟੋਜ਼ 5 ਤੋਂ 6 ਫੋਟੋ ਮ ਲਾਜ਼ਮੀ ਨੇ ਉਹ ਦੁ ਘਟਾ ਨਾ ਭੇਜੋ ਜਿਆਦਾ ਭੇਜੋ ਔਰ ਬਾਕੀ ਉਸ ਦੀ ਡਿਟੇਲ ਸਾਰੀ ਔਰ ਬਾਕੀ ਜੋ ਉਸ ਦਾ ਰੇਟ ਹੈ ਉਹ ਮਾਰਕੀਟ ਵੈਲਿਊ ਹਿਸਾਬ ਨਾਲ ਭੇਜੋ ਜਿਆਦਾ ਰੇਟ ਨਾ ਮੰਗਿਆ ਕਰੋ ਤਾਂ ਕਿ ਚੀਜ਼ ਜੀ ਛੋੜੀ ਸੀਤੀ ਸੀਤੀ ਸੇਲ ਹੋ ਜੇ ਦਾ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਰੇਟ ਮਾਰਕੀਟ ਵੈਲਿਊ ਹਿਸਾਬ ਨਾਲ ਹੀ ਰੱਖਿਆ ਕਰੋ ਬਾਕੀ ਜਦੋਂ ਅਸੀਂ ਕੋਈ ਵੀ ਚੀਜ਼ ਦਾ ਰੇਟਰ ਐਡ ਦੇ ਵਿੱਚ ਦਿਖਾਉਨੇ ਆ ਤਾਂ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੇਟ ਮੌਕੇ ਤੇ ਜੋ ਕੱਟ ਕੀਤਾ ਜਾਂਦਾ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਅਰਜਨ 605 ਨੋਬ ਬਾਰੇ ਇਹ ਟਰੈਕਟਰ 2015 ਮਾਡਲ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਦੀ ਜੇਕਰ ਗੱਲ ਕਰੀਏ 80% ਟਾਇਰ ਨੇ ਸਾਫ਼ ਸੁਥਰੇ ਵਧੀਆ ਬੇਹਦਾ ਤਾਇਰ ਨੇ ਵਧੀਆ ਕੰਡੀਸ਼ਨ ਚ ਸਾਰਾ origignal tractor ਹੈ ਬਿਰੋ ਕਿਸੇ ਪ੍ਰਕਾਰ ਦਾ ਕੋਈ ਵੀ ਪਾਰਟਸ ਵਗੈਰਾ tractor ਦਾ ਬਿਰਾਂ ਨੇ ਚੇਂਜ ਨਹੀਂ ਕੀਤਾ ਕੁਝ ਨਹੀਂ ਬਦਲਿਆ ਹੋਇਆ ਸਾਰਾ ਇੱਕਦਮ ਨਾਲ ਦਾ ਸਾਰਾ tractor ਦਾ ਸਾਰਾ ਰੰਗ ਪੇਟ ਨਾਲ ਦਾ ਹਰ ਇੱਕ ਪਾਰਟਸ ਵਗੈਰਾ ਨਾਲ ਦਾ ਔਰ ਬਾਕੀ ਇੱਕਦਮ ਵਧੀਆ ਕੰਡੀਸ਼ਨ ਚ ਚੱਲਦਾ 2000 ਘੰਟੇ tractor ਸਾਰਾ ਚੱਲਿਆ ਹੋਇਆ 2044 ਔਰ ਪੰਜਾਬ ਨੰਬਰ ਹੈ ਬਿਰੋ tractor ਪੇਪਰ ਮੌਕੇ ਤੇ ਸਾਰੇ ਤੁਹਾਨੂੰ ਕੰਪਲੀਟੇ ਮਿਲ ਜਾਣਗੇ ਕੋਈ ਲੋਨ ਨਹੀਂ ਹੈਗਾ tractor ਦੇ ਉੱਪਰ ਸਾਰੇ ਪੇਪਰ ਵਗੈਰਾ ਕੰਪਲੀਟ ਨੇ tractor ਦੇ ਔਰ ਪਾਵਰ ਸਟੀਅਰਿੰਗ ਹੈ ਟਰੈਕਟਰ ਡਬਲ ਕਲਚ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਡਬਲ ਡਿਸਟ੍ਰੀਬਿਊਟਰ 3 ਸਪੀਡ ਦਾ ਟਰੈਕਟਰ ਪੀਟੀਓ ਕਲਚ ਅਲੱਗ ਤੋਂ ਹੈ ਟਰੈਕਟਰ ਦਾ ਔਰ ਬਾਕੀ ਇੱਕਦਮ ਵਧੀਆ ਕੰਡੀਸ਼ਨ ਚੱਲਦਾ ਵੀਰੋ ਸਾਰਾ ਟਰੈਕਟਰ ਰੇਟ ਬਾਰੇ ਗੱਲ ਕਰੀਏ ਵੀਰਾਂ ਨੇ ਕੀਮਤ ਰੱਖਿਆ ਟਰੈਕਟਰ ਦੀ 5 ਲੱਖ 40 ਹਜ਼ਾਰ ਰੁਪਿਆ ਬਾਕੀ ਮੌਕੇ ਤੇ ਘਟੋ ਜਾਏਗਾ ਔਰ ਵੀਰਾਂ ਦਾ ਏਰੀਆ ਯੋ ਬਰਨਾਲਾ ਦੇ ਵਿੱਚ ਵਖਤਗੜ ਏਰੀਆ ਵਿਰਾਂ ਦਾ ਔਰ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਹੈ ਇਸ ਨੂੰ ਨੋਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਸਵਰਾਜ 8552 ਸਟਾਰ ਬਾਰੇ ਇਹ ਟਰੈਕਟਰ ਵੀ 2009 ਮਾਡਲ ਟਰੈਕਟਰ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 90% ਟਾਇਰ ਨੇ ਸਾਫ਼ ਸੁਥਰੇ ਵਧੀਆ ਬੇਦਾਗ ਟਾਇਰ ਨੇ ਬਾਕੀ ਸਾਰਾ ਰੰਗ ਪੇਂਟ ਵਗੈਰਾ ਨਾਲ ਦਾ ਵੀਰੋ ਐਕਸੈਸਰੀ ਵਗੈਰਾ ਸਾਰੀ ਨਾਲ ਹੀ ਦੇਣੀ ਹੈ ਵਿਰਾਂ ਨੇ ਰੰਗ ਪੇਂਟ ਵੀ ਨਾਲ ਦਾ ਟਰੈਕਟਰ ਦਾ ਕੋਈ ਕਲਰ ਵਗੈਰਾ ਨਹੀਂ ਕਰਵਾਇਆ ਪਿਆਬ ਨੰਬਰ ਆ ਟਰੈਕਟਰ ਬਿਰੋ ਪੇਪਰ ਮੌਕੇ ਤੇ ਕੰਪਲੀਟ ਮਿਲ ਜਾਣਗੇ। ਔਰ ਬਾਕੀ ਸਾਰਾ origial ਟਰੈਕਟਰ ਦੇ ਪਾਰਟਸ ਵਗੈਰਾ ਨਾਲ ਦੇ ਨੇ ਟਰੈਕਟਰ ਦੇ। ਸਿੰਪਲ ਸਟੀering ਆ ਟਰੈਕਟਰ ਬਿਰੋ ਡਬਲ ਕਲਚ, ਰਿਵਰਸ ਪੀਟੀਓ ਐ। ਸੈਂਟਰ ਗੀਅਰ ਦੇ ਨਾਲ ਆ। ਬਾਕੀ FE ਮਾਡਲ ਦਾ ਸਾਰੇ ਸੈਂਟਰ ਗੀਅਰ ਦੇ ਨਾਲ ਹੀ ਹੁੰਦੇ ਆ। ਸਾਫ ਵਧੀਆ ਕੰਡੀਸ਼ਨ ਚ ਕੋਈ ਦਿੱਕਤ ਨਹੀਂ ਬਿਰੋ ਟਰੈਕਟਰ ਨੂੰ ਖਰੀਦਣੇ ਸਮੇਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਟਰੈਕਟਰ ਦੇ ਮਾਲਕੇ ਬਿਰੋ ਲੋ ਹਰ ਇੱਕ ਚੀਜ਼ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ। ਕਿਸੇ ਪ੍ਰਕਾਰ ਦੇ ਕੋਈ ਦਿੱਕਤ ਨਹੀਂ ਆਊਗੀ ਟਰੈਕਟਰ ਦੇ ਵਿੱਚ ਰੇਟ ਦੀ ਗੱਲ ਕਰੀਏ ਬਿਰਾਨੇ ਡਿਮਾਂਡ ਰੱਖਿਆ ਟਰੈਕਟਰ ਦੀ 375000 ਰੁਪਿਆ ਬਾਕੀ ਮੌਕੇ ਤੇ ਡਿਜਸਟ ਹੋ ਜਾਏਗਾ ਔਰ ਬਿਰੰਦਾ ਏਰੀਆ ਜੋ ਮਾਲਾਵਾਲ ਜੋ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਪੈਂਦਾ ਔਰ ਬਿਰੰਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਇਸ ਨੂੰ ਨੋਟ ਕਰਕੇ ਬਿਰਾਨਾ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਸੇ ਨੰਬਰ ਤੇ ਕੰਟੈਕਟ ਕਰਕੇ ਬਿਰਾਨਾ ਤੋਂ ਟਰੈਕਟਰ ਸੰਬੰਧੀ ਬਾਕੀ ਜਾਣਕਾਰੀ ਜੋ ਪ੍ਰਾਪਤ ਕਰ ਸਕਦੇ ਹੋ ਹਾਂਜੀ ਵੀਰੋ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਵੀਡੀਓ ਨੂੰ ਚਾਲ ਦੇ ਜਦ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕੋਈ ਵੀਰ ਆਪਣੀ ਐਡ ਦੇ ਜਰੀਏ ਕੋਈ ਸਾਧਨ ਖਰੀਦਣਾ ਚਾਹੁੰਦਾ ਹੈ ਐਡ ਦੇ ਜਰੀਏ ਸਾਰੀ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਬਾਕੀ ਨਵੇਂ ਵੀਰਾਂ ਤੱਕ ਤਾਂ ਵੀਡੀਓ ਬਹੁਤ-ਬਹੁਤ ਸ਼ੇਅਰ ਕਰੇ ਗੋ ਕਿਉਂਕਿ ਨਵੇਂ ਵੀਰ ਬਾਅਦ ਤੋਂ ਬਾਅਦ ਆਪਣੇ ਚੈਨਲ ਦੇ ਨਾਲ ਜੁੜ ਸਕਣਾਂ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਪਾਵਰ ਟਰੈਕ ਯੂਰੋ 50 ਟਰੈਕਟਰ ਬਾਰੇ 50 ਹਸਪਾਵਰ ਦਾ ਟਰੈਕਟਰ ਹੈ ਵੀਰੋ ਇਹ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਵੀਰੋ 2017 ਮਾਡਲ 80% ਟਾਇਰ ਨੇ ਸਾਫ਼ ਸੁਥਰੇ ਵਧੀਆ ਬੇਦਾਗ ਟਾਇਰ ਨੇ ਮਾਗਰਲੇ ਟਾਇਰ 14x28 ਦੇ ਨੇ ਔਰ 2400 ਘੰਟੇ ਓਰੀਜਨਲ ਚੱਲਿਆ ਹੋਇਆ ਟਰੈਕਟਰ ਹਲੇ 2400 ਘੰਟੇ ਚੱਲਿਆ ਸਾਰਾ ਮਲਟੀ ਸਪੀਡ ਦੇ ਵਿੱਚ ਹੈ ਟਰੈਕਟਰ ਬਰੋ ਇਹ ਪਾਵਰ ਸਟੀਅਰਿੰਗ ਹੈ ਡਬਲ ਕਲਚ ਹੈ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੀਅਰ ਦੇ ਨਾਲ 50 ਹਸਪਾਵਰ ਦਾ ਟਰੈਕਟਰ ਹੈ ਬਰੋ ਇਹ ਸਾਫ਼ ਵਧੀਆ ਕੰਡੀਸ਼ਨ ਚ ਟਰੈਕਟਰ ਸਾਰਾ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਔਰ ਬਾਕੀ ਸਾਰਾ ਓਰੀਜਨਲ ਹੈ ਸਾਰੇ ਪਾਰਟਸ ਵਗੈਰਾ ਨਾਲ ਦੇ ਨੇ ਕਲਰ ਪੇਂਟ ਵਗੈਰਾ ਨਾਲ ਦਾ ਹੈ ਕੋਈ ਵੀ ਚੀਜ਼ ਹਲਕਾ ਬਦਲਾਵ ਕੀਤਾ ਨਹੀਂ ਹੋਇਆ ਟਰੈਕਟਰ ਦੇ ਵਿੱਚ ਹਰਿਆਣਾ ਨੰਬਰ ਟਰੈਕਟਰ ਬਰੋ ਪੇਪਰ ਮੌਕੇ ਤੇ ਕੰਪਲੀਟ ਮਿਲ ਜਾਣਗੇ ਟਰੈਕਟਰ ਤੁਹਾਨੂੰ ਟਰੈਕਟਰ ਨੂੰ ਤੁਸੀਂ ਖਰੀਦਣੇ ਸਮੇਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਮਾਲਕ ਵੱਲੋਂ ਸਾਰੇ ਕੰਸ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ। ਇੱਕਦਮ ਵਧੀਆ ਚੱਲਦਾ ਕੋਈ ਦਿੱਕਤ ਨਹੀਂ ਟਰੈਕਟਰ ਦੇ ਵਿੱਚ ਸਾਫ਼ ਵਧੀਆ ਕੰਡੀਸ਼ਨ 'ਚ ਪਿਆ ਟਰੈਕਟਰ ਸਾਰਾ ਪੇਂਟ ਆ ਵਗੈਰਾ Ориਜਨਲ ਸਾਰਾ ਸਾਫ਼ ਪੇਂਟ ਪਿਆ ਬਾਕੀ ਪਲੇਟਫਾਰਮ ਵਗੈਰਾ ਸਾਰਾ ਇੱਕ ਉੱਚਾ ਪਲੇਟਫਾਰਮ ਹੈ ਸਾਰਾ ਸਿੰਪਲ ਪਲੇਟਫਾਰਮ ਹੈ। ਔਰ ਰੇਟ ਦੀ ਗੱਲ ਕਰੀ ਬ੍ਰਾਹਣੇ ਕੀਮਤ ਰੱਖਿਆ ਟਰੈਕਟਰ ਦੀ 430000 ਰੁਪਿਆ ਬਾਕੀ ਮੌਕੇ ਦੇ ਘਟੋ ਜੇਗਾ ਔਰ ਬ੍ਰਾਹਣ ਦਾ ਏਰੀਆ ਜੋ ਆਸੰਦ ਜੋ ਡਿਸਟ੍ਰਿਕਟ ਕਰਨਾਲ ਦੇ ਵਿੱਚ ਪੈਂਦਾ ਹੈ ਔਰ ਬ੍ਰਾਹਣ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੂੰ ਨੋਟ ਕਰਕੇ ਬ੍ਰਾਹਣ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਬ੍ਰਾਹਣ ਤੋਂ ਟਰੈਕਟਰ ਸੰਬੰਧੀ ਬਾਕੀ ਜਾਣਕਾਰੀ ਜੋ ਪ੍ਰਾਪਤ ਕਰ ਸਕਦੇ ਹੋ ਹਾਂਜੀ ਵੀਰੋ ਆਪਣੀ ਐਡ ਦੇ ਜਰੀਏ ਕੋਈ ਵੀ ਸਾਧਨ ਖਰੀਦ ਦਿਓ ਤਾਂ ਹਰ ਇੱਕ ਸਾਧਨ ਨੂੰ ਖਰੀਦਣ ਤੋਂ ਪਹਿਲਾਂ ਉਸਦੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ ਤਾਂਕਿ ਬਾਅਦ ਦੇ ਵਿੱਚ ਕਿਸੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਸਾਰੇ ਸਾਧਨ ਵਗੈਰਾ ਖਰੀਦਣ ਸਮੇਂ ਚਲਾ ਕੇ ਚੈੱਕ ਕਰਕੇ ਔਰ ਉਸੇ ਪੇਪਰ ਵਗੈਰਾ ਮੌਕੇ ਤੇ ਚੈੱਕ ਕਰ ਲਿਆ ਕਰੋ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ 14 ਫੁੱਟੀ ਟਰਾਲੀ ਬਾਰੇ ਇਹ ਟਰਾਲੀ ਵੀਰੋ 14 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੋ 2020 ਦੇ ਵਿੱਚ ਹੀ ਇਹ ਟਰਾਲੀ ਵੀਰੋ ਬਣੀ ਹੋਈ ਹੈ ਬਹੁਤ ਹੀ ਘੱਟ ਯੂਜ਼ ਕੀਤੀ ਹੋਈ ਹੈ ਔਰ ਬਾਕੀ 10 ਨੱਟੀ ਹੱਬ ਲੱਗੀ ਹੋਈ ਟਰਾਲੀ ਨੂੰ 10 ਇੰਚ 84 ਹੈ ਰੇਲ ਦਾ オリジナル ਹਿੱਸਾ ਲੱਗਿਆ ਹੋਇਆ ਔਰ ਬਾਕੀ ਰੰਗ ਪੇਂਟ ਵਗੈਰਾ ਪੂਰਾ ਵਧੀਆ ਕੰਪਨੀ ਦਾ ਬ੍ਰਾਂਡਡ ਰੰਗ ਪੇਂਟ ਹੋਇਆ ਸਾਫ਼ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੋਇਆ ਟਰਾਲੀ ਨੂੰ ਬਿਲਕੁਲ ਨਵੀਂ ਟਰਾਲੀ ਹੈ ਬਾਕੀ ਬਾਡੀ ਵਗੈਰਾ ਤੇ ਗੋਲ ਪਾਈਪ ਲੱਗੀ ਹੋਈ ਹੈ ਤੇ ਰੱਸਾ ਇਕੱਠਾ ਕਰਨ ਵਾਲੇ ਤੇ ਟਾਈਟ ਕਰਨ ਵਾਲੀਆਂ ਦੋਨੋਂ ਸਿਸਟਮ ਲੱਗੇ ਹੋਏ ਨੇ ਰੱਸਾ ਇਕੱਠਾ ਕਰਨ ਵਾਲਾ ਵੀ ਸਿਸਟਮ ਲੱਗਿਆ ਹੋਇਆ ਟਾਈਟ ਵਾਲਾ ਵੀ 25 26 ਕੁਆਂਟਲ ਬੇਟਾ ਵੀਰੋ ਟਰਾਲੀ ਦੇ ਵਿੱਚ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਡਬਲ ਟੈਰੀ ਟਰਾਲੀ ਹੈ 50 ਕੁ ਪੈਸੇ ਟਾਇਰ ਨੇ ਟਰਾਲੀ ਦੇ ਜੈਕ ਵਾਲੀ ਟਰਾਲੀ ਵੀਰੋ ਡਬਲ ਜੈਕ ਲੱਗਿਆ ਹੋਇਆ ਪੂਰਾ ਵਧੀਆ ਹੈਵੀ ਕੰਪਨੀ ਦਾ ਜੈਕ ਲੱਗਿਆ ਹੈਵੀ ਜੈਕ ਹੈ ਪੂਰਾ ਵਧੀਆ ਹੋਰ ਬਾਕੀ ਇੱਕਦਮ ਵਧੀਆ ਕੰਡੀਸ਼ਨ ਚ ਹੈ ਟਰਾਲੀ ਨੂੰ ਤੁਸੀਂ ਮੌਕੇ ਤੇ ਖਰੀਦਣ ਦੇ ਸਮੇਂ ਆਪ ਪੂਰਾ ਚੈੱਕ ਕਰਕੇ ਸਾਈਡ ਆਫ ਵਗੈਰਾ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਗੱਲ ਕਰੀਏ 2 ਲੱਖ ਰੁਪਏ ਵੀਰਾਂ ਨੇ ਡਿਮਾਂਡ ਰੱਖੀ ਹੈ ਟਰਾਲੀ ਦੀ ਬਾਕੀ ਮੌਕੇ ਤੇ ਘੱਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਜਲਾਲਾਬਾਦ ਪੁਰਬੀ ਜੋ ਮੋਗਾ ਦੇ ਵਿੱਚ ਪੈਂਦਾ ਹੈ ਔਰ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਇਸ ਨੂੰ ਨੋਟ ਕਰਕੇ ਵੀਰ ਇਹਨਾਂ ਕੰਟੈਕਟ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਟਰਾਲੀ ਸੰਬੰਧੀ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਸੇ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਤੋਂ ਟਰਾਲੀ ਸੰਬੰਧੀ ਜੋ ਬਾਕੀ ਜਾਣਕਾਰੀ ਹੈ ਪ੍ਰਾਪਤ ਕਰ ਸਕਦੇ ਹੋ ਬਾਕੀ ਸਾਫ ਵਧੀਆ ਕੰਡੀਸ਼ਨ ਚ ਹੈ ਟਰਾਲੀ 'ਚ ਕੋਈ ਦਿੱਕਤ ਨਹੀਂ ਪੂਰੀ ਵਧੀਆ ਹੈਵੀ ਟਰਾਲੀ ਬਣੀ ਹੋਈ ਹੈ ਵੀਰ ਉਹ ਹੈ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਐਚ ਐਮ ਟੀ 4511 ਟਰੈਕਟਰ ਬਾਰੇ ਐਚ ਐਮ ਟੀ 4511 ਟਰੈਕਟਰ 1996 ਮਾ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਪੂਰਾ ਸ਼ਾਈਨ ਦੇ ਵਿੱਚ ਵਧੀਆ ਰੰਗ ਪੇਂਟ ਪਿਆ ਟਰੈਕਟਰ ਦਾ ਸਾਫ਼ ਰੰਗ ਪੇਂਟ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਅਗਲੇ ਟਾਇਰ 90 ਪੈਸੇ ਨੇ ਮਗਲੇ ਟਾਇਰ 30 ਪੈਸੇ ਨੇ ਬਾਕੀ ਸਾਫ਼ ਵਧੀਆ ਕੰਡੀਸ਼ਨ ਚ ਹੈ ਬਿਰੋ ਟਰੈਕਟਰ ਰੰਗ ਪੇਂਟ ਨਾਲ ਦਾ ਬਿਰੋ ਕੋਈ ਰੰਗ ਪੇਂਟ ਨਹੀਂ ਕਰਵਾਇਆ ਬ੍ਰੈਂਡ ਟਰੈਕਟਰ ਨੂੰ ਔਰ ਪੰਜਾਬ ਨੰਬਰ ਹੈ ਟਰੈਕਟਰ ਪੇਪਰ ਮੌਕੇ ਤੇ ਕੰਪਲੀਟ ਮਿਲ ਜਾਣਗੇ ਸਾਰੇ ਟਰੈਕਟਰ ਦੇ ਡਬਲ ਕਲਚਰ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਕੰਪਨੀ ਵੱਲੋਂ ਹੀ ਆਉਂਦੀਆਂ ਨੇ ਉਹ ਸਾਰਾ ਸਿਸਟਮ ਓਕੀ ਹੈ ਤੇ ਸਿੰਪਲ ਸਟੀering ਦਾ ਟਰੈਕਟਰ ਬ ਬਾਕੀ ਕਿਸੇ ਪ੍ਰਕਾਰ ਦੀ ਕੋਈ ਲੀਕੇਜ ਕਿ ਡੈਮੇ ਟੁੱਟ ਪੱਜਣੀ ਬਾਡੀ ਜਾਸੀ ਲਿੰਕਾਂ ਮਗਰਿਆ ਡ੍ਰਿੰਪ ਇੰਜਨ ਗੇਅਰ ਦਾ ਸਭ ਕੁਝ ਓਕੇ ਆ ਟਰੈਕਟਰ ਤੇ ਟਰੈਕਟਰ ਨੂੰ ਤੁਸੀਂ ਆ ਦਾ ਮੌਕੇ ਤੇ ਖਰੀਦਣੋਂ ਸਮੇਂ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਦੀ ਗੱਲ ਕਰੀ 1,50,000 ਰੁਪਏ ਬਿਰਾਂ ਦੇ ਡਿਮਾਂਡ ਰੱਖੇ ਟਰੈਕਟਰ ਦੀ ਔਰ ਬਾਕੀ ਬਿਰਾਂ ਦਾ ਏਰੀਆ ਜੋ ਕੋਟਸ਼ਮੀਰ ਜੋ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਪੈਂਦਾ ਹੈ ਔਰ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਇਸ ਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਤੋਂ ਟਰੈਕਟਰ ਸੰਬੰਧੀ ਬਾਕੀ ਜਾਣਕਾਰੀ ਜੋ ਪ੍ਰਾਪਤ ਕਰ ਸਕਦੇ ਹੋ ਸਾਫ਼ ਵਧੀਆ ਕੰਡੀਸ਼ਨ ਚੱਲਦਾ ਕੋਈ ਦਿੱਕਤਵਰ ਟਰੈਕਟਰ ਦੇ ਵਿੱਚ ਹੋ ਨਹੀਂ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਕਰਤਾਰ ਕੰਪਾਈਨ ਬਾਰੇ ਇੱਕ ਕਰਤਾਰ 4000 ਕੰਪਾਈਨ ਹੈ ਵੀਰੋ 2013 ਮਾਡਲ ਹੈ ਕੰਪਾਈਨ ਦੇ ਟਾਇਰਾਂ ਦੀ ਕੰਡੀਸ਼ਨ ਦੀ ਆਪਾਂ ਗੱਲ ਕਰੀਏ 70 ਪੈਸੇ ਟਾਇਰ ਨੇ ਕੰਪਾਈਨ ਦੇ 100 ਸੁਧਰੇ ਵਧੀਆ ਬੇਦਾਗ ਟਾਇਰ ਨੇ ਚਾਰੋਂ ਟਾਇਰ ਸਾਫ ਕੰਡੀਸ਼ਨ ਦੇ ਵਿੱਚ ਨੇ ਔਰ ਬਾਕੀ 55 ਨੰਬਰ ਕੰਪਾਈਨ ਹੈ ਵੀਰੋ ਇਹ ਪੇਪਰ ਮੌਕੇ ਦੇ ਕੰਪਲੀਟ ਮਿਲ ਜਾਣਗੇ ਕੰਪਾਈਨ ਦੇ ਸਾਫ ਵਧੀਆ ਕੰਡੀਸ਼ਨ ਚ ਪਈ ਹੈ ਵੀਰੋ ਪੇਟੀ ਵਨ ਦੀ ਇੰਜਨ ਹੈ ਕੰਪਾਈਨ ਦੇ ਵਿੱਚ ਚਿੱਟਾ ਟਰਬੋ ਇੰਜਨ ਹੈ ਮਸ਼ੀਨ ਦੇ ਵਿੱਚ ਚਿੱਟਾ ਟਰਬੋ ਇੰਜਨ ਰੱਖਿਆ ਹੋਇਆ ਹੈ ਮਸ਼ੀਨ ਦੇ ਵਿੱਚ ਸਾਫ ਵਧੀਆ ਕੰਡੀਸ਼ਨ ਚ ਕੋਈ ਇੰਜਨ ਚ ਡੈਮੇਜ ਨਹੀਂ ਲੀਕੇਜ ਹੈ ਕਿ ਨਹੀਂ ਇੰਜਨ ਵਧੀਆ ਸਾਫ ਹੈਗਾ ਔਰ ਬਾਕੀ ਮਸ਼ੀਨ ਨੂੰ ਤੁਸੀਂ ਖਰੀਦਣਾਂ ਸਮੇਂ ਮੌਕੇ ਤੇ ਆਦਾ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਮਸ਼ੀਨ ਦੇ ਮਾਲਕ ਰੋ ਸਾਰੇ ਪਾਰਟਸ ਵਗੈਰਾ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਡੈਮੇਜ ਦੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਨਹੀਂ ਇੱਕਦਮ ਵਧੀਆ ਕੰਡੀਸ਼ਨ ਚੱਲਦੀ ਹੈ ਸਾਰੇ ਔਰ ਬਾਕੀ ਰੇਟ ਦੀ ਗੱਲ ਕਰੀਏ ਬਿਰਾਂ ਦਾ ਜੋ ਕੀਮਤ ਰੱਖਿਆ ਮਸ਼ੀਨ ਦੀ 13,70,000 ਰੁਪਇਆ ਬਾਕੀ ਮੌਕੇ ਤੇ ਘਟੋ ਜਾਏਗਾ ਔਰ ਬਿਰਾਂ ਦਾ ਏਰੀਆ ਯੋ ਮਾਨਸਾ ਡਿਸਟ੍ਰਿਕਟ ਦੇ ਵਿੱਚ ਉੱਭਾ ਪਿੰਡ ਹੈ ਬਿਰਾਂ ਦਾ ਔਰ ਵੀਰਾਂ ਦਾ ਜੋ ਮੋਬਾਈਲ ਨੰਬਰ ਹੈ ਉਹ ਐਸਐਮਐਸ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਇਸ ਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਕੰਪਾਈਨ ਖਰੀਦ ਸਕਦੇ ਹੋ ਕੰਪਾਈਨ ਸੰਬੰਧੀ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਸੇ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਤੋਂ ਕੰਪਾਈਨ ਸੰਬੰਧੀ ਬਾਕੀ ਜਾਣਕਾਰੀ ਜੋ ਪ੍ਰਾਪਤ ਕਰ ਸਕਦੇ ਹੋ ਹਾਂਜੀ ਵੀਰੋ ਧੰਨਵਾਦ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ ਜਿਹੜੇ ਮੇਰੇ ਵੀਰਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ ਨੀਚੇ ਲਾਰੰਗ ਦਾ ਸਬਸਕ੍ਰਾਈਬ ਦਾ ਚੌਰਸਾ ਬਟਨ ਆ ਰਿਹਾ ਹੈ ਉਸਤੇ ਕਲਿੱਕ ਕਰਕੇ ਜਿਸਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਬਾਕੀ ਸਬਸਕ੍ਰਾਈਬਰ ਦਾ ਇਹ ਫਾਇਦਾ ਵੀ ਰੋ ਰੋਜ਼ਾਨਾ ਅਸੀਂ 6 ਚੀਜ਼ਾਂ ਸੇਲ ਵਾਸਤੇ ਲੈ ਕੇ ਆਉਂਦੇ ਆ ਤਾਂ ਰੋਜ਼ਾਨਾ ਉਹ 6 ਚੀਜ਼ਾਂ ਦੀ ਤੁਹਾਨੂੰ ਵੀਡੀਓ ਮਿਲ ਜਾਇਆ ਕਰੂਗੀ ਔਰ ਬਾਕੀ ਜਿੰਨਾ ਵੀਰਾਂ ਨੇ ਹੁਣ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀਡੀਓ ਚੱਲਦੀ ਜਾਦੇ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤਾਂ ਕਿ ਜੋ ਵੀਰ ਆਪਣੇ ਚੈਨਲ ਦੇ ਬਾਰੇ ਨਹੀਂ ਜਾਣਦੇ ਹੁਣ ਤੱਕ ਐਡ ਨਹੀਂ ਲਵਾਏ ਹੁਣ ਤੱਕ ਚੈਨਲ ਤੇ ਔਰ ਉਹ ਜਲਦੋ ਜਲ ਆਪਣੇ ਚੈਨਲ ਤੇ ਆ ਕੇ ਐਡ ਲਵਾ ਸਕਣੇ ਇਸ ਕਰਕੇ ਨਵੇਂ ਵੀਰਾਂ ਤੱਕ ਤਾਂ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਧੰਨਵਾਦ ਵੀਰੋ